25 दिसंबर 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਸਰਕਾਰੀ ਅਧਿਆਪਕ ਕ੍ਰਿਸ਼ਨ ਬਿਹਾਰੀ ਵਾਜਪੇਈ ਦੇ ਘਰ ਜਨਮ ਹੋਇਆ ਅਟਲ ਬਿਹਾਰੀ ਵਾਜਪੇਈ ਦਾ। ਸਮਾਜਿਕ ਜੀਵਨ ਵਿੱਚ ਵਾਜਪੇਈ ਜੀ ਨੇ ਸਾਲ 1942-45 ਦੇ ਭਾਰਤ ਛੱਡੋ ਅੰਦੋਲਨ ਦੌਰਾਨ ਇੱਕ ਨੌਜਵਾਨ ਕ੍ਰਾਂਤੀਕਾਰੀ ਵਜੋਂ ਆਮਦ ਕੀਤੀ। ਸਾਲ 1951 ਵਿੱਚ ਉਹ ਭਾਰਤੀ ਸਿਆਸਤ ਦਾ ਸਰਗਰਮ ਹਿੱਸਾ ਬਣੇ। ਉਹਨਾਂ ਨੇ 1955 ਵਿੱਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ ਪਰ ਹਾਰ ਗਏ। ਇਸ ਤੋਂ ਬਾਅਦ 1957 ਵਿੱਚ ਸੰਸਦ ਮੈਂਬਰ ਚੁਣੇ ਗਏ। ਇਹ ਉਹ ਦੌਰ ਸੀ ਜਦੋਂ ਭਾਰਤੀ ਜਨਤਾ ਪਾਰਟੀ ਆਪਣੇ ਮੌਜੂਦਾ ਰੂਪ ਵਿੱਚ ਹੋਂਦ ਵਿੱਚ ਨਹੀਂ ਸੀ ਆਈ ਅਤੇ ਜਨਸੰਘ ਦੇ ਮੈਂਬਰ ਵਜੋਂ ਵਾਜਪੇਈ ਚੁਣੇ ਗਏ ਸਨ। ਸਿਰਫ ਦੋ ਮੈਂਬਰਾਂ ਤੋਂ ਪਾਰਟੀ ਨੂੰ ਸਿਖਰਾਂ ਤੱਕ ਲਿਜਾਣ ਦੀ ਕਵਾਇਦ ਨੂੰ ਅੰਜਾਮ ਦਿੱਤਾ ਅਟਲ ਬਿਹਾਰੀ ਵਾਜਪੇਈ ਨੇ। 10 ਵਾਰ ਲੋਕ ਸਭਾ ਦੇ ਸੰਸਦ ਰਹੇ, 1962 ਅਤੇ 1986 ਵਿੱਚ ਰਾਜ ਸਭਾ ਦੇ ਮੈਂਬਰ ਵੀ ਰਹੇ। ਪਹਿਲੀ ਵਾਰ ਜਦੋਂ ਲੋਕ ਸਭਾ ਪਹੁੰਚੇ ਤਾਂ ਵਾਜਪੇਈ ਦੇ ਬਾਰੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਕਿਹਾ ਸੀ ਕਿ ਭਵਿੱਖ ਵਿੱਚ ਇਹ ਸ਼ਖਸ ਜ਼ਰੂਰ ਪ੍ਰਧਾਨ ਮੰਤਰੀ ਬਣੇਗਾ। 1968 ਵਿੱਚ ਵਾਜਪੇਈ ਰਾਸ਼ਟਰੀ ਜਨਸੰਘ ਦੇ ਕੌਮੀ ਪ੍ਰਧਾਨ ਬਣੇ। ਉਸ ਸਮੇਂ ਪਾਰਟੀ ਦੇ ਨਾਲ ਨਾਨਾ ਜੀ ਦੇਸ਼ਮੁਖ, ਬਲਰਾਜ ਮਧੋਕ ਤੇ ਲਾਲ ਕ੍ਰਿਸ਼ਨ ਅਡਵਾਨੀ ਜਿਹੇ ਆਗੂ ਸਨ। 1975 ਤੋਂ 1977 ਵਿੱਚ ਐਮਰਜੈਂਸੀ ਦੌਰਾਨ ਵਾਜਪੇਈ ਜੀ ਸਣੇ ਕਈ ਆਗੂ ਜੇਲ੍ਹ ਵਿੱਚ ਰਹੇ। 1977 ਵਿੱਚ ਜਨਤਾ ਪਾਰਟੀ ਦੀ ਸਰਕਾਰ ਵਿੱਚ ਅਟਲ ਜੀ ਵਿਦੇਸ਼ ਮੰਤਰੀ ਬਣੇ। 4 ਅਕਤੂਬਰ 1977 ਨੂੰ ਸੰਯੁਕਤ ਰਾਸ਼ਟਰ ਮਹਾਸੰਘ ਵਿੱਚ ਪਹਿਲੀ ਵਾਰ ਅਟਲ ਜੀ ਨੇ ਹਿੰਦੀ ਵਿੱਚ ਭਾਸ਼ਣ ਦਿੱਤਾ ਤਾਂ ਹਰ ਪਾਸੇ ਸਿਰਫ ਉਹਨਾਂ ਦੀ ਹੀ ਚਰਚਾ ਸ਼ੁਰੂ ਹੋ ਗਈ। ਜਨਤਾ ਸਰਕਾਰ ਕੋ ਸ਼ਾਸਨ ਕੀ ਬਾਗਡੋਰ ਸੰਭਾਲੇ ਕੇਵਲ 6 ਮਾਸ ਹੋਏ, ਫਿਰ ਵੀ ਇਤਨੇ ਅਲਪ ਸਮੇਂ ਮੇਂ ਹਮਾਰੀ ਉਪਲਬਧੀਆਂ ਉਲੇਖਨੀਯ ਹੈ। ਭਾਰਤ ਮੇਂ ਮੂਲਭੂਤ ਮਾਨਵ ਅਧਿਕਾਰ ਪੁਨਃ ਪ੍ਰਤਿਸ਼ਠਿਤ ਹੋ ਗਏ, ਜਿਸ ਭੈ ਔਰ ਆਤੰਕ ਕੇ ਵਾਤਾਵਰਣ ਨੇ ਹਮਾਰੇ ਲੋਗੋ ਕੋ ਘੇਰ ਲਿਆ ਥਾ ਵਹ ਦੂਰ ਹੋ ਗਿਆ ਹੈ। ਜਨਤਾ ਪਾਰਟੀ ਦੀ ਸਰਕਾਰ 1999 ਵਿੱਚ ਡਿੱਗ ਗਈ ਸੀ, ਪਰ ਉਸ ਸਮੇਂ ਤੱਕ ਵਾਜਪੇਈ ਨੇ ਇੱਕ ਅਨੁਭਵੀ ਆਗੂ ਵਜੋਂ ਆਪਣੀ ਪਛਾਣ ਕਾਇਮ ਕਰ ਲਈ ਸੀ। ਪਾਰਟੀ ਅੰਦਰੂਨੀ ਕਲੇਸ਼ ਕਰਕੇ ਖਿਲਰੀ ਤਾਂ 1980 ਵਿੱਚ ਵਾਜਪੇਈ ਨੇ ਕੌਮੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਸਾਂਭ ਨਾ ਸਿਰਫ ਭਾਜਪਾ ਨੂੰ ਚਿਹਰਾ ਦਿੱਤਾ, ਸਗੋਂ ਉਹ ਕਾਂਗਰਸ ਸਰਕਾਰ ਦੇ ਸਭ ਤੋਂ ਵੱਡੇ ਆਲੋਚਕਾਂ ਵਿੱਚ ਸ਼ੁਮਾਰ ਕੀਤੇ ਜਾਣ ਲੱਗੇ। 1996 ਤੋਂ ਲੈ ਕੇ 2004 ਤੱਕ 3 ਵਾਰ ਵਾਜਪੇਈ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। 1996 ਦੀਆਂ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਬਹੁਮਤ ਸਾਬਿਤ ਨਾ ਹੋਣ ਕਰਕੇ ਸਿਰਫ 13 ਦਿਨਾਂ ਵਿੱਚ ਸਰਕਾਰ ਡਿੱਗ ਗਈ। ਵਿਰੋਧੀਆਂ ਨੇ ਇਲਜ਼ਾਮ ਲਾਏ ਤਾਂ ਅਟਲ ਜੀ ਨੇ ਅਜਿਹਾ ਜਵਾਬ ਦਿੱਤਾ ਕਿ ਵਿਰੋਧੀ ਚਿੱਤ ਹੋ ਗਏ। ਲੇਕਿਨ ਪਾਰਟੀ ਤੋੜ ਕਰ ਸੱਤਾ ਕੇ ਲਈ ਨਿਆ ਗਠਬੰਧਨ ਕਰਕੇ ਅਗਰ ਸੱਤਾ ਹੱਥ ਮੇ ਆਤੀ ਹੈ ਤੋ ਮੈਂ ਐਸੀ ਸੱਤਾ ਕੋ ਚੀਮਟੇ ਸੇ ਵੀ ਛੂਨਾ ਪਸੰਦ ਨਹੀਂ। ਨਭੀ ਤੋ ਮਰਣਾ ਦਸਮੀ ਕੇਵਲਮ ਦੂਸ਼ਿਤੋ ਯਸ਼ ਭਗਵਾਨ ਰਾਮ ਨੇ ਕਿਹਾ ਥਾ ਮੈਂ ਮ੍ਰਿਤਯੂ ਸੇ ਨਹੀਂ ਡਰਤਾ, ਅਗਰ ਡਰਤਾ ਹੂੰ ਤੋ ਬਦਨਾਮੀ ਸੇ ਡਰਤਾ ਹੂੰ, ਲੋਕਾ ਪ੍ਰਭਾਵ ਸੇ ਡਰਤਾ ਹੂੰ। ਅਟਲ ਜੀ ਭਾਰਤ ਦੀ ਸਿਆਸਤ ਦਾ ਇੱਕ ਅਜਿਹਾ ਹਿੱਸਾ ਸਨ ਜੋ ਬੇਖੌਫ ਹੋ ਕੇ ਸੱਚ ਦਾ ਸਾਥ ਦਿੰਦੇ ਸਨ। ਰਾਜ ਧਰਮ ਦਾ ਜੋ ਸਬਕ ਕੇਂਦਰ ਵਿੱਚ ਆਪਣੀ ਸਰਕਾਰ ਵੇਲੇ ਵਾਜਪੇਈ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਸਿਖਾਇਆ, ਉਹ ਅਜੇ ਤੱਕ ਮਿਸਾਲ ਬਣਿਆ ਹੋਇਆ। ਨਹੀਂ, ਚੀਫ ਮਿਨਿਸਟਰ ਕੇ ਲਈ ਮੇਰਾ ਇੱਕ ਹੀ ਸੰਦੇਸ਼ ਹੈ ਕਿ ਉਹ ਰਾਜ ਧਰਮ ਕਾ ਪਾਲਨ ਕਰੇ। ਰਾਜ ਧਰਮ ਸੰਪ੍ਰਦਾਇ ਕੇ ਆਧਾਰ ਪਰ ਮੈਨੂੰ ਵਿਸ਼ਵਾਸ ਹੈ ਕਿ ਨਰਿੰਦਰ ਭਾਈ ਇਹੀ ਕਰ ਰਹੇ ਹੈ। ਆਪਣੇ ਰਾਜ ਦੌਰਾਨ ਸਿਰਫ ਭਾਸ਼ਣ ਕਲਾ ਕਰਕੇ ਨਹੀਂ ਸਗੋਂ ਦੇਸ਼ ਦੇ ਹਿੱਤ ਵਿੱਚ ਵੱਡੇ ਫੈਸਲੇ ਲੈਣ ਕਰਕੇ ਵੀ ਉਹਨਾਂ ਦੀ ਪਛਾਣ ਬਣੀ। 11 ਅਤੇ 13 ਮਈ 1998 ਦਾ ਉਹ ਵੇਲਾ ਕੋਈ ਕਿਵੇਂ ਭੁੱਲ ਸਕਦਾ ਹੈ ਜਦੋਂ ਰਾਜਸਥਾਨ ਦੇ ਪੋਖਰਣ ਵਿੱਚ ਪਰਮਾਣੂ ਪਰੀਖਣ ਕਰਕੇ ਭਾਰਤ ਨੇ ਸਾਬਿਤ ਕਰ ਦਿੱਤਾ ਕਿ ਤਾਕਤ ਦੇ ਮਾਮਲੇ ਵਿੱਚ ਉਹ ਦੁਨੀਆ ਵਿੱਚ ਕਿਸੇ ਤੋਂ ਘੱਟ ਨਹੀਂ। ਹਾਲਾਂਕਿ ਇਹਨਾਂ ਪਰੀਖਣ ਕੀਤੇ ਜਾਣ ਤੋਂ ਬਾਅਦ ਅਮਰੀਕਾ ਵਰਗੇ ਮੁਲਕਾਂ ਨੇ ਬੇਹਿਸਾਬ ਪਾਬੰਦੀਆਂ ਲਗਾ ਦਿੱਤੀਆਂ, ਪਰ ਵਾਜਪੇਈ ਸਾਬਿਤ ਕਰ ਚੁੱਕੇ ਸਨ ਕਿ ਉਹਨਾਂ ਦੀ ਅਗਵਾਈ ਹੇਠ ਮੁਲਕ ਦਾ ਸਿਰ ਨਹੀਂ ਚੁੱਕੇਗਾ। ਇਹੀ ਨਹੀਂ, 2001 ਵਿੱਚ ਪਾਕਿਸਤਾਨ ਦੇ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ਰਫ ਨਾਲ ਜਾ ਕੇ ਮੁਲਾਕਾਤ ਕਰਨਾ ਅਤੇ ਫਿਰ ਆਗਰਾ ਵਿੱਚ ਆਉਣ ਦਾ ਸੱਦਾ ਦੇਣਾ ਇੱਕ ਅਜਿਹਾ ਕੂਟਨੀਤਕ ਕਦਮ ਸੀ ਜਿਸ ਦੀ ਪੂਰੀ ਦੁਨੀਆ ਨੇ ਸ਼ਲਾਘਾ ਕੀਤੀ। ਵਾਹਗਾ ਸਰਹੱਦ ਤੋਂ ਪਾਕਿਸਤਾਨ ਤੱਕ ਦੋਸਤੀ ਦਾ ਸੁਨੇਹਾ ਲੈ ਕੇ ਬੱਸ ਲਿਜਾਣ ਦੀ ਗੱਲ ਹੋਈ ਤਾਂ ਕਮਾਨ ਖੁਦ ਵਾਜਪੇਈ ਨੇ ਸਾਂਭੀ।
ਬੇਸ਼ੱਕ ਆਦਤ ਤੋਂ ਮਜਬੂਰ ਪਾਕਿਸਤਾਨ ਨੇ ਦੋਸਤੀ ਦੇ ਸੁਨੇਹੇ ਦੇ ਬਦਲੇ ਕਰਗਿਲ ਵਰਗਾ ਧੋਖਾ ਦਿੱਤਾ, ਪਰ ਵਾਜਪੇਈ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੇ। ਕਰਗਿਲ ਵੀ ਭਾਰਤੀ ਫੌਜਾਂ ਨੇ ਜਿੱਤਿਆ ਅਤੇ ਸਦਾ ਇਹ ਸਰਹੱਦ ਵੀ ਅਜੇ ਤੱਕ ਕਾਇਮ ਹੈ। ਇਹੀ ਸਾਰੀ ਖੂਬੀਆਂ ਸਨ ਜਿਨ੍ਹਾਂ ਕਰਕੇ ਸਾਲ 2015 ਵਿੱਚ ਭਾਰਤ ਰਤਨ ਸਨਮਾਨ ਦੇ ਨਾਲ ਅਟਲ ਬਿਹਾਰੀ ਵਾਜਪੇਈ ਨੂੰ ਨਵਾਜ਼ਿਆ ਗਿਆ। 2004 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਹੋਈ ਅਤੇ 2005 ਵਿੱਚ ਅਟਲ ਜੀ ਸਰਗਰਮ ਸਿਆਸਤ ਤੋਂ ਵੱਖ ਹੋ ਗਏ। ਇਸ ਤੋਂ ਬਾਅਦ ਦਾ ਵਕਤ ਸ਼ਾਇਦ ਬਿਹਤਰ ਰਹਿੰਦਾ, ਪਰ ਇਹ ਸਿਆਸੀ ਕਰਮਯੋਗੀ ਨੂੰ 2009 ਵਿੱਚ ਬ੍ਰੇਨ ਸਟ੍ਰੋਕ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ। ਇੱਕ ਅਜਿਹੀ ਖਾਮੋਸ਼ੀ ਨੂੰ ਵਾਜਪੇਈ ਜੀ ਨੇ ਧਾਰ ਲਿਆ ਜੋ ਸਾਲ 2018 ਵਿੱਚ ਖਤਮ ਹੋਈ ਤਾਂ ਸਿਰਫ ਚਾਹਣ ਵਾਲਿਆਂ ਦੀਆਂ ਅੱਖਾਂ ਵਿੱਚ ਹੰਝੂ ਛਟਕੇ। ਆਪਣੇ ਭਾਸ਼ਣਾਂ ਦੌਰਾਨ ਵਿੱਚ ਵਿਚਾਲੇ ਚੁੱਪ ਹੋ ਜਾਣ ਵਾਲੇ ਵਾਜਪੇਈ ਖਾਮੋਸ਼ ਹੋ ਗਏ ਨੇ ਸਦਾ ਲਈ, ਅਤੇ ਸਿਆਸਤ ਦਾ ਉਹ ਯੁੱਗ ਵੀ ਖਾਮੋਸ਼ ਹੋ ਗਿਆ ਜਿਸ ਵਿੱਚ ਵਿਰੋਧੀ ਧਿਰਾਂ ਵੀ ਵਾਜਪੇਈ ਜਿਹੇ ਆਗੂਆਂ ਨੂੰ ਸਲਾਮ ਕਰਦੀਆਂ ਸਨ ਉਹਨਾਂ ਦੇ ਕਿਰਦਾਰ ਦੀ ਵਜ੍ਹਾ ਕਰਕੇ। ਅਜੋਕੇ ਭਾਰਤ ਨੂੰ ਆਪਣੀ ਪਾਰਟੀ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਵਿਚਾਰਾਂ ਦੀ ਸਿਆਸਤ ਦਾ ਸੁਨੇਹਾ ਦੇਣ ਵਾਲੇ ਸਿਆਸੀ ਯੋਧੇ ਨੂੰ ਜਸ ਪੰਜਾਬੀ ਦਾ ਸਲਾਮ।